बीबी अखा नम करन दी कोई जरूरत नहीं क्योंकि हुण जिहड़ी सफलता आ तकरीबन हासिल होणी वाली आ पंजाबियां नूं किसानां नूं। बेटा अखा आप नहीं नम करदे, अपने आप हो जांदियां, ओहदी बेदर्दी देख के हो जांदियां। लोग बैठे है किन्ने ठंड दे विच बैठे है, आओ कोई मखमली गद्दियां दे विच ब्याह होना उहनूं कोई फर्क नहीं पैंदा। लोकां ने वोटां पा के उहनूं गद्दी ते बिठाया ते अज उह लुकिया बैठा, किन्ने दिन हो गए उहनूं आवाज ही नहीं सुणदी। दे विच इक नारा है जय जवान जय किसान, बट मोदी जी ने उह नारे नूं हुण दूजी तरह बदल दित्ता है। उह कहिंदे ने जाओ जवान मारो किसान। वीर जी ये बीजेपी की बहुत पुरानी नीति है, सब तो पहला कोई भी प्रोटेस्ट होए उन्हें बदनाम कर दो। इतने सारे बहुत लंबी लाइन है दोस्तों, इधर तो लैके बंदे ने, पर एक बजुर्ग माता मेरे नाल है। माता जी बहुत लंबी लाइन है, मैं इधरों तो नज़र मारा था पोस्टर मुक जाते ने, लाइन नहीं मुक रही। ਤੁਸੀਂ ਇਕੱਲੇ ਇਸ ਦੇ ਵਿੱਚ ਇੱਕ ਮਹਿਲਾ ਇੱਕ ਬੀਬੀ ਖੜੀ ਹੈ, ਕਿਹੜਾ ਦਰਦ ਲੈ ਕੇ ਆਏ ਹੋ ਇੱਥੇ? ਦਰਦ ਮੇਰਾ ਉਹੀ ਹੈ ਜੋ ਮੇਰੇ ਭਰਾਵਾਂ ਦਾ, ਜੋ ਮੇਰੇ ਮਾਂ ਬਾਪ ਦਾ ਦਰਦ, ਉਹੀ ਮੇਰਾ ਦਰਦ ਹੈ। ਮੈਂ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਉਹ ਰੱਦ ਕਰਾਉਣਾ ਚਾਹੁੰਦੇ। ਅਸੀਂ ਆਪਣੇ ਇਲਾਕੇ 'ਚ ਵੀ 2 ਮਹੀਨੇ ਹੋ ਗਏ ਐਜੀਟੇਸ਼ਨ ਕਰਦਿਆਂ ਨੂੰ, ਕਦੇ ਲਾਈਨਾਂ 'ਤੇ ਕਦੇ ਅਸੀਂ ਧਰਨਿਆਂ ਟੋਲ ਪਲਾਜ਼ਾ 'ਤੇ ਕਰਦਿਆਂ ਨੂੰ ਹੋ ਗਏ ਕਿ ਕਾਨੂੰਨ ਕਾਲੇ ਕਾਨੂੰਨ ਜਿਹੜੇ ਬਣਾਏ ਰੱਦ ਕਰੇ, ਪਰ ਨਹੀਂ ਕਰ ਰਹੇ। ਅਸੀਂ ਫਿਰ ਹੁਣ ਦਿੱਲੀ ਦਾ ਰੁੱਖ ਕੀਤਾ, ਅਸੀਂ ਦਿੱਲੀ 'ਚ ਆਇਆ ਨੂੰ ਸਾਨੂੰ ਤਕਰੀਬਨ 20-22 ਦਿਨ ਹੋ ਗਏ। ਅਸੀਂ ਇੱਥੇ ਹੀ ਡਟੇ ਰਹਾਂਗੇ ਜਾਤੀ ਇਹ ਕਾਨੂੰਨ ਖਤਮ ਨਹੀਂ ਹੁੰਦੇ ਜਾਤੀ ਮੋਦੀ। ਬੀਬੀ ਜੀ ਤੁਹਾਡੀ ਅੱਖ ਦੇ ਵਿੱਚ ਹੰਝੂ ਨੇ, ਅੱਖਾਂ ਨਮ ਨੇ, ਕੀ ਕਾਰਨ ਹੈ ਵੀ ਇੰਨਾ ਕੀ ਦਰਦ ਆ ਰਿਹਾ ਵੀ ਹੁਣ ਤੁਹਾਨੂੰ ਥੋੜ੍ਹਾ ਦੇਖਿਆ ਨਹੀਂ ਜਾ ਰਿਹਾ ਕਿਸਾਨਾਂ ਦਾ ਦਰਦ? ਇਹ ਦਰਦ ਇਸ ਕਰਕੇ ਕਿ ਜੇ ਸਾਡੀਆਂ ਜ਼ਮੀਨਾਂ ਹੀ ਗਹਿਣੇ ਪੈ ਗਈਆਂ ਤਾਂ ਅਸੀਂ ਕੀ ਕਰਨਾ ਜੇ ਕੇ। ਮੋਦੀ ਨੂੰ ਇਹ ਦਰਦ ਨਹੀਂ, ਇੰਨੇ ਲੋਕਾਂ ਦਾ, ਕਿੰਨੇ ਲੋਕ ਬੈਠੇ ਹੈ, ਕਿੰਨੇ ਠੰਡ ਦੇ ਵਿੱਚ ਬੈਠੇ ਹੈ, ਆਓ ਕੋਈ ਮਖਮਲੀ ਗੱਦਿਆਂ ਦੇ ਵਿੱਚ ਵਿਆਹ ਹੋਣਾ ਉਹਨੂੰ ਕੋਈ ਫਰਕ ਨਹੀਂ ਪੈਂਦਾ। ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਗੱਦੀ 'ਤੇ ਬਿਠਾਇਆ ਅਤੇ ਅੱਜ ਉਹ ਲੁਕਿਆ ਬੈਠਾ, ਕਿੰਨੇ ਦਿਨ ਹੋ ਗਏ ਉਹਨੂੰ ਆਵਾਜ਼ ਹੀ ਨਹੀਂ ਸੁਣਦੀ। ਸੱਤ ਅਸਮਾਨ ਤੱਕ ਸਾਡੀਆਂ ਆਵਾਜ਼ਾਂ ਸੁਣਦੀਆਂ, ਉਹਨੂੰ ਕੋਈ ਆਵਾਜ਼ ਨਹੀਂ ਸੁਣਦੀ। ਅਸੀਂ ਇਹ ਉਹਨੂੰ ਆਵਾਜ਼ ਸੁਣਾਉਣਾ ਚਾਹੁੰਦੇ ਹਾਂ, ਆਵੇ ਸਾਡੇ ਸਾਹਮਣੇ ਆਵੇ ਤਾਂ ਅਸੀਂ ਦੱਸੀਏ ਵੀ ਕਿਵੇਂ ਕਾਨੂੰਨ ਬਣਾਈ ਦੇ, ਕਿਵੇਂ ਰੱਦ ਕਰੀ ਦੇ। ਅਸੀਂ ਰੱਦ ਕਰਵਾਉਣੇ ਕਰਵਾਉਣੇ। ਮੋਦੀ ਕਹਿੰਦਾ ਵੀ ਠੰਡ ਹੁਣ ਵੱਧ ਗਈ, ਦਿੱਲੀ ਦੇ ਵਿੱਚ ਅਕਸਰ ਠੰਡ ਬਹੁਤ ਪੈਂਦੀ ਹੈ, ਹੁਣ ਸ਼ੁਰੂ ਹੋ ਚੁੱਕੀ ਹੈ। ਕਹਿੰਦੇ 2 ਮਿੰਟ ਬਹਿਣਗੇ, 1 ਮਹੀਨਾ ਬਹਿਣਗੇ, ਜਦ ਠੰਡ ਲੱਗੂਗੀ ਆਪੇ ਮੁੜ ਜਾਣਗੇ। ਕੋਈ ਹੀਲਾ ਤਾਂ ਨਹੀਂ, ਵੀ ਡਰਦੇ ਤਾਂ ਨਹੀਂ ਠੰਡ ਤੋਂ? ਲੂ ਠੰਡ ਤਾਂ ਨਹੀਂ ਕਰ ਰਹੀ ਦਰਦ? ਇਹ ਮੋਦੀ ਦਾ ਭੁਲੇਖਾ ਹੈ, ਇਹ ਪਰਜੋਰ ਮੋਦੀ ਦਾ ਭੁਲੇਖਾ ਹੈ। ਅਸੀਂ ਨਾ ਠੰਡ ਤੋਂ ਡਰੇ, ਨਾ ਬੰਬਾਂ ਬੰਦੂਕਾਂ ਤੋਂ, ਨਾ ਅਸੀਂ ਮੋਦੀ ਦੀਆਂ ਗੱਲਾਂ ਤੋਂ ਡਰੇ, ਅਤੇ ਨਾ ਹੀ ਅਸੀਂ ਡਰਨਾ ਮੀਂਹ ਪਾਣੀ ਤੋਂ। ਉਹ ਸਾਡੇ ਲਈ ਕੋਈ ਮਾਇਨਾ ਨਹੀਂ ਰੱਖਦੇ। ਅੱਛਾ ਬੀਬੀ, ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਆਇਆ ਤੁਹਾਡੇ ਨਾਲ? ਮੇਰੇ ਨਾਲ ਮੇਰਾ ਸਾਰਾ ਪਰਿਵਾਰ ਹੈ। ਅੱਛਾ। ਮੇਰੀ ਨੂੰਹ ਹੈ, ਮੇਰੀ ਬੇਟੀ ਹੈ, ਮੇਰਾ ਬੇਟਾ ਹੈ, ਮੇਰਾ ਹਸਬੈਂਡ ਹੈ, ਸਭ ਆਏ ਹੈ। ਅੱਛਾ। ਮੁੜ ਤੱਕ ਸਾਥ ਦਿਓਗੇ ਜਦ ਤੱਕ ਕਿਸਾਨੀ ਸੰਘਰਸ਼ ਖਤਮ ਨਹੀਂ ਹੁੰਦਾ? ਹਾਂਜੀ, ਜਦੋਂ ਤੱਕ ਮੋਦੀ ਕਾਨੂੰਨ ਰੱਦ ਨਹੀਂ ਕਰਦਾ ਉਦੋਂ ਤੱਕ ਮੈਂ ਇੱਥੇ ਖੜੀ ਹਾਂ। ਹਾਂਜੀ। ਅੱਛਾ ਵੀਰੇ, ਤੁਹਾਡੇ ਨਾਲ ਇੱਕ ਬਜ਼ੁਰਗ ਮਾਤਾ ਖੜੀ ਹੈ, ਅੱਖਾਂ ਦੇ ਵਿੱਚ ਅੱਖਾਂ ਨਮ ਨੇ, ਬਹੁਤ ਦਰਦ ਲੈ ਕੇ ਖੜੇ ਨੇ, ਮੈਨੂੰ ਲੱਗਦਾ ਖੜੇ ਵੀ ਬਹੁਤ ਔਖੇ ਹੋਣਗੇ, ਬਹਿ ਜਾਂਦੇ ਹੋਣਗੇ ਫਿਰ ਖੜਦੇ ਹੋਣਗੇ, ਕੀ ਲੱਗਦਾ ਜਦ ਇਹੋ ਜਿਹੇ ਬਜ਼ੁਰਗ ਨਾਲ ਆ ਕੇ ਖੜਦੇ ਨੇ, ਹੌਸਲਾ ਵੱਧਦਾ ਹੈ? ਵੀਰ ਜੀ, ਇਹ ਭੈਣ ਸਾਡੇ ਨਾਲ ਪਿਛਲੇ 7 ਦਿਨ ਤੋਂ ਇਸੇ ਥਾਂ 'ਤੇ ਇਹੀ ਪੋਸਟ ਸੇਵਾ ਕਰ ਰਹੀ ਹੈ, ਅਤੇ ਅਸੀਂ ਵੀਰ ਜੀ ਇਹਨਾਂ ਦੇ ਨਾਲ ਹਾਂ। ਜਦ ਇਹ ਕਿਸਾਨਾਂ ਦੇ ਨਾਲ, ਇੱਕ ਦਰਦ ਹੈ ਸਾਰਿਆਂ ਦਾ, ਇੱਕੇ ਰੋਗ ਹੈ ਸਭ ਨੂੰ। ਇਹ ਜਿਹੜੇ ਅਦਾਨੀਆਂ ਅੰਬਾਨੀਆਂ ਦੇ ਦਬਾਅ ਥੱਲੇ ਆ ਕੇ ਗਵਰਨਮੈਂਟ ਨੇ ਜਿਹੜੇ ਲਾਜ਼ ਪਾਸ ਕੀਤੇ ਨੇ, ਇਹਨਾਂ ਦਾ ਕੋਈ ਸਿਰ ਨਹੀਂ, ਕੋਈ ਪੈਰ ਨਹੀਂ, ਇੱਕ ਵੀ ਕਿਸਾਨ ਦਾ 1 ਪੁਆਇੰਟ ਇਹ ਪੂਰੇ ਬਿੱਲ ਦੇ ਵਿੱਚ ਕਿਸਾਨਾਂ ਦੇ ਭਲੇ ਦਾ ਨਹੀਂ ਹੈਗਾ। ਟੋਟਲੀ ਦੇ ਟੋਟਲੀ ਕਾਰਪੋਰੇਟ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ, ਸਾਡੀਆਂ ਜ਼ਮੀਨਾਂ ਖਤਮ ਕਰਨ ਵਾਸਤੇ ਕਾਨੂੰਨ ਬਣਾਇਆ ਗਿਆ ਹੈ। ਇਹ ਮਾਤਾ ਜੀ ਹੋਰਾਂ ਦਾ ਜਿਹੜਾ ਦਰਦ ਹੈ ਵੀਰ ਜੀ, ਉਹ ਇੱਥੇ ਹਰੇਕ ਬੰਦੇ ਦਾ ਦਰਦ ਹੈ। ਇਹ ਰੋ ਸਕਦੇ ਨੇ, ਇਹਨਾਂ ਦੀ ਅੱਖਾਂ 'ਚ ਹੰਝੂ ਆਏ, ਤੁਸੀਂ ਦੇਖਿਆ ਨਮ ਹੋ ਗਈਆਂ, ਬਟ ਅਸੀਂ ਉਹ ਨਹੀਂ ਕਰ ਸਕਦੇ, ਅਸੀਂ ਬੋਲ ਸਕਦੇ ਹਾਂ। ਬੀਬੀ, ਅੱਖਾਂ ਨਮ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਹੁਣ ਜਿਹੜੀ ਸਫਲਤਾ ਆ ਤਕਰੀਬਨ ਹਾਸਲ ਹੋਣੀ ਵਾਲੀ ਆ ਪੰਜਾਬੀਆਂ ਨੂੰ, ਕਿਸਾਨਾਂ ਨੂੰ, ਕਿਰਤੀਆਂ ਦਾ ਜਿਹੜਾ ਆ ਹੁਣ ਅਸਲ ਕੰਮ ਹੈ ਉਹ ਆਪਾਂ ਨੂੰ ਮਿਲ ਜਾਣਾ, ਅੱਖਾਂ ਨਮ ਕਰਨ ਦੀ ਜ਼ਰੂਰਤ ਨਹੀਂ। ਬੇਟਾ ਅੱਖਾਂ ਆਪ ਨਹੀਂ ਨਮ ਕਰਦੇ, ਆਪਣੇ ਆਪ ਹੋ ਜਾਂਦੀਆਂ, ਉਹਦੀ ਬੇਦਰਦੀ ਦੇਖ ਕੇ ਹੋ ਜਾਂਦੀਆਂ, ਆਪਣੇ ਆਪ ਹੀ ਅੱਖਾਂ ਨਮ ਹੁੰਦੀਆਂ। ਉਹ ਇੰਨਾ ਬੇਦਰਦ
ਕਾਰਪੋਰੇਟ ਘਰਾਣਿਆਂ ਦਾ ਵਿਕਿਆ ਹੋਇਆ ਇੰਨਾ ਬੇਦਰਦ ਬੰਦਾ ਉਹਨੂੰ ਜਾਤੀ ਅਸੀਂ ਕੁਰਸੀ ਤੋਂ ਥੱਲੇ ਨਹੀਂ ਲਾਹਦੇ ਉਦੋਂ ਤੱਕ ਅਸੀਂ ਚੁੱਪ ਨਹੀਂ ਕਰਾਂਗੇ। ਅੱਛਾ ਵੀਰੇ ਤੁਸੀਂ ਕਿੱਤਾ ਕੀ ਕਰਦੇ ਹੋ, ਮਤਲਬ ਕਿ ਬੇਸਿਕਲੀ ਜਿਵੇਂ ਤੁਸੀਂ ਇੰਡੀਅਨ ਵੈਟਰਨਰੀ ਦਾ ਬੈਚ ਲਾਇਆ ਹੈ, ਤੁਸੀਂ ਆਰਮੀ ਨੂੰ ਬਿਲੋਂਗ ਕਰਦੇ ਹੋ? ਵੀਰ ਜੀ ਮੈਂ 19 ਸਾਲ ਆਰਮੀ 'ਚ ਸਰਵਿਸ ਕਰਨ ਤੋਂ ਬਾਅਦ ਹੁਣ ਰਿਟਾਇਰਮੈਂਟ ਹਾਂ, ਰਿਟਾਇਰ ਹੋ ਚੁੱਕੇ ਹਾਂ ਜੀ। ਤੁਸੀਂ ਆਰਮੀ ਤੋਂ ਰਿਟਾਇਰਡ ਹੋ? ਹਾਂਜੀ, ਅਤੇ ਹੁਣ ਮੈਂ ਖੇਤੀਬਾੜੀ ਕਰ ਰਿਹਾ ਵੀਰੇ। ਅੱਛਾ ਅੱਛਾ ਵੀਰੇ, ਇੱਕ ਮੈਨੂੰ ਸਵਾਲ ਦੱਸਿਓ ਮੇਰੇ ਜ਼ਹਿਨ ਦੇ ਵਿੱਚ, ਪਰਲੀ ਸਾਈਡ ਵੀ ਜਿਹੜੀ ਇਹਨਾਂ ਨੇ ਕੁਝ ਫੋਰਸਿਸ ਖੜਾਈ ਹੋਈ ਨੇ, RAF ਖੜਾਈ ਹੋਈ ਹੈ, ਪ੍ਰੋਟੈਕਸ਼ਨ ਫੋਰਸ ਆ, ਅਤੇ ਹੋਰ ਵੀ ਕਾਫੀ ਫੋਰਸਿਸ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਕਈ ਬੰਦਿਆਂ ਨੂੰ ਨਾਮ ਵੀ ਨਹੀਂ ਪਤਾ ਹੋਊਗਾ। ਹਾਂਜੀ, ਉਹ ਫੋਰਸਿਸ ਵੀ ਤੈਨਾਤ ਕੀਤੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਵੀ ਆਪਣੇ ਹੀ ਬੰਦੇ ਨੇ। ਕਿਤੇ ਨਾ ਕਿਤੇ ਮੋਦੀ ਸਰਕਾਰ ਚਾਹ ਰਹੀ ਹੈ ਵੀ ਆਪਣੇ ਬੰਦਿਆਂ ਨੂੰ ਆਪਣੇ ਬੰਦੇ ਨਾਲ ਹੀ ਲੜਾਇਆ ਜਾਵੇ। ਤੁਹਾਨੂੰ ਲੱਗਦਾ ਵੀ ਜਦ ਜੇ ਕਿਤੇ ਤੈਨਾਤੀ ਕਰ ਦਿੱਤੀ ਗਈ ਆਰਮੀ ਦੀ, ਜਿਹੜੇ ਆਪਣੇ ਬੰਦੇ ਨੇ ਸਿੱਖ ਵੀਰ ਨੇ, ਪੰਜਾਬੀਆਂ ਦਾ ਸਾਥ ਦੇਣਗੇ ਕਿ ਸਰਕਾਰਾਂ ਦਾ ਸਾਥ ਦੇਣਗੇ? ਵੀਰ ਜੀ, ਇੱਕ ਭਾਰਤ ਦੇ ਵਿੱਚ ਇੱਕ ਨਾਰਾ ਹੈ, ਜੈ ਜਵਾਨ ਜੈ ਕਿਸਾਨ। ਬਟ ਮੋਦੀ ਜੀ ਨੇ ਉਹ ਨਾਰੇ ਨੂੰ ਹੁਣ ਦੂਜੀ ਤਰ੍ਹਾਂ ਬਦਲ ਦਿੱਤਾ ਆ। ਉਹ ਕਹਿੰਦੇ ਨੇ ਜਾਓ ਜਵਾਨ ਮਾਰੋ ਕਿਸਾਨ, ਜਾਓ ਜਵਾਨ ਮਾਰੋ ਕਿਸਾਨ। ਉਹ ਵੀ ਸਾਡੇ ਭਰਾ ਨੇ, ਆਰ ਵੈਲਟਰ ਬੈਲਟ ਫੋਰਸ ਜਿਹੜੀਆਂ ਨੇ ਉਹ 'ਚ ਕਿਹੜਾ ਬਾਹਰੋਂ ਲੈ ਕੇ ਆਏ ਨੇ, ਉਹ ਵੀ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਨੇ ਜੀ, ਉਹ ਵੀ ਮੇਰੇ ਭਰਾ ਹੋਣਗੇ। ਮੈਂ ਵੀ 19 ਸਾਲ ਜੋਬ ਕੀਤੀ ਹੈ। ਇਹ ਲੋਕਾਂ ਨੂੰ ਆਪਦੇ ਧੀਆਂ ਪੁੱਤਾਂ ਤੋਂ ਮਰਵਾਉਣ ਦੀ ਨੀਤੀਆਂ ਜਿਹੜੀਆਂ ਸਰਕਾਰ ਦੀਆਂ ਘੜੀਆਂ ਹੋਈਆਂ ਨੇ, ਇਹ ਸਾਰੀਆਂ ਬਰਬਾਦ ਹੋਣਗੀਆਂ ਵੀਰ ਜੀ। ਅਤੇ ਕੋਈ ਵੀ ਇੰਨਾ ਅੰਨਾ ਨਹੀਂ, ਤੁਹਾਨੂੰ ਪਤਾ ਹੈ ਕੱਲ੍ਹ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਕਹਿਤਿਆ ਕਿ ਜੋ ਤੁਸੀਂ ਕਰ ਰਹੇ ਹੋ ਜੀ ਗੌਰਮੈਂਟ ਦਾ ਗਲਤ ਹੈ, ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਉਹ ਆਪਦੀ ਥਾਂ 'ਤੇ ਸਹੀ ਨੇ, ਠੀਕ ਹੈ ਜੀ। ਹੁਣ ਇਹ ਇਹਨਾਂ ਕੋਲ ਹੋਰ ਕੁਛ ਨਹੀਂ ਹੈ, ਇਹ ਡੇਲੀ ਫੋਰਸ ਵਧਾਈ ਜਾਂਦੇ ਨੇ, ਕਦੇ ਵਰਦੀ ਦਾ ਕਲਰ ਬਦਲ ਦਿੰਦੇ ਨੇ ਇੱਥੇ, ਕਦੇ ਉੱਥੇ ਅਥਰੂ ਗੈਸ ਦੇ ਗੋਲਿਆਂ ਵਾਲੀ ਗੱਡੀ ਅੱਗੇ ਕਰ ਦਿੰਦੇ ਨੇ ਵੀਰ ਜੀ, ਕਦੇ ਬਾਰਡਰ ਕੈਨਨ ਵਾਲੀ ਗੱਡੀ ਅੱਗੇ ਕਰ ਦਿੰਦੇ ਨੇ। ਅੱਛਾ, ਇੱਕ ਸਵਾਲ ਮੇਰਾ ਇਹ ਹੋਊਗਾ, ਜਿਵੇਂ ਕਿ ਆਰਮਡ ਫੋਰਸਿਸ ਇੱਥੇ ਲਗਾ ਦਿੱਤੀਆਂ ਗਈਆਂ ਨੇ ਜੀ, ਕੋਈ ਇਹ ਕਿਤੇ ਨਾ ਕਿਤੇ ਡਰ ਵਧਾਉਣ ਦੀ ਕੋਸ਼ਿਸ਼ ਕਰ? ਤੁਹਾਨੂੰ ਲੱਗਦਾ ਵੀ ਐਡਾ ਵੱਡਾ ਇਕੱਠ ਜਿਹੜਾ ਆ ਇੰਨੀ ਕੁ ਫੋਰਸਿਸ ਤੋਂ ਡਰ ਜੂਗਾ? ਵੀਰ ਜੀ, ਇਹ BJP ਦੀ ਬਹੁਤ ਪੁਰਾਣੀ ਨੀਤੀ ਹੈ, ਸਭ ਤੋਂ ਪਹਿਲਾਂ ਕੋਈ ਵੀ ਪ੍ਰੋਟੈਸਟ ਹੋਏ ਉਹਨੂੰ ਬਦਨਾਮ ਕਰ ਦਿਓ, ਉਹਦਾ ਨਾਮ ਬਦਲ ਦਿਓ। ਜਿਵੇਂ NCR ਦਾ ਮੁੱਦਾ ਹੋਇਆ, ਉਹ ਮੁਸਲਮਾਨ ਨੇ ਜੀ, ਫਿਰ ਲੋਕਾਂ ਨੇ ਆਪਦੀਆਂ ਡਿਗਰੀਆਂ ਦੇ ਕੇ ਨੌਕਰੀ ਮੰਗੀ, ਇਹ ਨਕਲ ਸਵਾਦ ਹੈ ਜੀ। ਉਹ ਤੋਂ ਬਾਅਦ ਜੀ ਕਿਸਾਨਾਂ ਨੇ, ਅਸੀਂ ਇੱਥੇ ਪਹੁੰਚੇ ਹਾਂ, ਸਾਨੂੰ ਕਹਿੰਦੇ ਜੀ ਇਹ ਖਾਲਿਸਤਾਨੀ ਨੇ, ਇੱਥੇ ਇਹ ਉਹਨਾਂ ਦਾ ਫੇਲ ਹੋ ਗਿਆ। ਫਿਰ ਉਹਨਾਂ ਨੇ ਦੂਜਾ ਪੈਂਤਲਾ ਸਮਾਇਆ ਕਿ ਇਹਨੂੰ ਜਿਹੜੀ ਫੰਡਿੰਗ ਆ ਉਹ ਚੀਨ ਅਤੇ ਪਾਕਿਸਤਾਨ ਤੋਂ ਹੋ ਰਹੀ ਹੈ। ਉਹਨਾਂ ਦੇ 3 ਆ ਬਕਾਊ ਮੀਡੀਆ ਚੈਨਲ ਜੀ ਇਹੀ ਖਬਰਾਂ ਚਲਾ ਰਹੇ ਨੇ, ਇਹਨੂੰ ਹਾਈਲਾਈਟ ਕਰਦੇ ਨੇ ਵੀ ਇੱਥੇ ਕਿਸਾਨ ਨਹੀਂ ਹੈਗਾ, ਇਹਨਾਂ ਨੂੰ ਬਦਨਾਮ ਕਰ। ਹਾਂਜੀ, ਹੁਣ ਇਹਨਾਂ ਦੀ ਤੀਜੀ ਨੀਤੀ ਇਹ ਵੀ ਹੈ ਵੀ ਕਿਸਾਨਾਂ ਨੂੰ ਆਪਸ ਦੇ ਵਿੱਚ ਪਾੜੋ। ਇਹਨਾਂ ਨੇ ਆਪਦੇ ਫਰਜ਼ੀ ਕਿਸਾਨ ਜਥੇਬੰਦੀਆਂ ਬਣਾ ਕੇ ਇਹ ਵੀ ਕਰਕੇ ਦੇਖ ਲਿਆ, ਉਹ ਵੀ ਨਾਕਾਮਯਾਬ ਹੋ ਗਿਆ। ਹੁਣ ਇਹਨਾਂ ਦਾ ਨਵਾਂ ਸੰਯੰਤਰ ਹੈ, ਅੱਗੇ ਪੁਲਿਸ ਲਾ ਦਿਓ, ਪਿੱਛੇ ਪੁਲਿਸ ਲਾ ਦਿਓ, ਵਿੱਚ ਪੁਲਿਸ ਵਾੜ ਦਿਓ, ਇਹਦੇ ਨਾਲ ਵੀ ਵੀਰ ਜੀ ਕੁਛ ਨਹੀਂ ਹੋਣ ਵਾਲਾ, ਲੋਕ ਸਮਝਦਾਰ ਨੇ। ਜਦ ਵੀ ਪੰਜਾਬ ਕੋਈ ਵੱਡੀਆਂ ਜੰਗਾਂ ਹੋਈਆਂ ਨੇ, ਪੰਜਾਬ ਦੀ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੇ ਰੋਲ ਪਲੇ ਕੀਤਾ, ਕਿਉਂਕਿ ਅਕਸਰ ਜਿਹੜੀ ਸ਼ਹਾਦਤਾਂ ਨੇ ਉਹ ਸਿੱਖ ਵੀਰਾਂ ਨੇ ਮੂਹਰੇ ਹੋ ਕੇ ਦਿੱਤੀਆਂ ਨੇ। ਹਾਂਜੀ, ਹੱਕ ਮੰਗਣ ਦੇ ਲਈ ਜਦ ਸਿੱਖ ਵੀਰ ਅੱਗੇ ਜਾਂਦੇ ਨੇ ਤਾਂ ਉਹਨਾਂ ਹੀ ਸਿਰਾਂ ਦੇ ਡੰਡੇ ਕਿਉਂ ਵਰਵਾ ਦਿੱਤੇ ਜਾਂਦੇ ਨੇ? ਜਦ ਵੀ ਵਿਤਕਰਾ ਹੁੰਦਾ, ਪਹਿਲਾਂ 1947 ਦੇ ਵਿੱਚ ਹੋਇਆ, ਫਿਰ 84 ਦੇ ਵਿੱਚ ਹੋਇਆ, ਹੁਣ 2020 ਦੇ ਵਿੱਚ ਜਿਹੜਾ ਵਿਤਕਰਾ ਪੰਜਾਬ ਨਾਲ ਹੀ ਕਿਉਂ ਹੋ ਰਿਹਾ? ਵੀਰ ਜੀ, ਇਹ ਇੱਕ ਸ਼ੜਿਅੰਤਰ ਦੇ ਤਹਿਤ ਪੂਰਾ ਸੋਚ ਸਮਝ ਕੇ ਗੇਮ ਕਰੀ ਜਾ ਰਹੀ ਹੈ। ਆਲ ਇੰਡੀਆ ਦੇ ਵਿੱਚ ਜਦ ਵੀ ਕੋਈ ਵੱਡੀ ਮੁਹਿੰਮ ਚੱਲੀ ਹੈ, ਕੋਈ ਵੱਡਾ ਸੰਘਰਸ਼ ਸ਼ੁਰੂ ਹੋਇਆ ਹੈ, ਉਹ ਪੰਜਾਬ ਤੋਂ ਹੋਇਆ ਹੈ। ਆਜ਼ਾਦੀ ਦਾ ਲਾ ਲਓ, ਪੰਜਾਬ 'ਚੋਂ ਸ਼ੁਰੂ ਹੋਇਆ, ਬੰਗਾਲ ਨੇ ਸਾਥ ਦਿੱਤਾ, ਹੁਣ ਕਿਸਾਨ ਅੰਦੋਲਨ ਲਾ ਲਓ, ਪੰਜਾਬ ਨੇ ਸ਼ੁਰੂ ਕੀਤਾ, ਹਰਿਆਣਾ, ਅਤੇ ਹੁਣ ਤਾਂ ਸਾਰੀਆਂ ਸਟੇਟਾਂ ਆਪਣੇ ਨਾਲ ਆ ਗਈਆਂ ਵੀਰ ਜੀ। ਇਹਨਾਂ ਦਾ ਇੱਕੇ ਮੁੱਦਾ ਆ ਵੀ ਜਿਹੜਾ ਅੱਗੇ ਆ ਕੇ ਸਿਰ ਚੱਕ ਕੇ ਕਿਸੇ ਗੱਲ ਦਾ ਵਿਰੋਧ ਕਰਦਾ ਉਹਨੂੰ ਖਤਮ ਕਰ ਦਿਓ। ਪੰਜਾਬ ਸ਼ੁਰੂ ਤੋਂ ਇਹਨਾਂ ਕੰਮਾਂ ਦੇ ਵਿੱਚ ਅੱਗੇ ਰਿਹਾ ਅਤੇ ਭਾਰਤ ਦੀ ਸਰਕਾਰਾਂ ਇਹਨਾਂ ਨੂੰ ਬਦਨਾਮ ਕਰਨ ਦੇ, ਖਤਮ ਕਰਨ 'ਤੇ ਅੱਗੇ ਰਹੀਆਂ ਨੇ। ਹੁਣ ਕੀ ਲੱਗਦਾ ਕਿੰਨੇ ਕੁ ਦਿਨ ਹੋਰ ਇੱਥੇ ਖੜਨਾ ਪਊਗਾ, ਕਿਉਂਕਿ ਲੱਗਦਾ ਹੁਣ ਸੁਪਰੀਮ ਕੋਰਟ ਨੇ ਵੀ ਜਿਵੇਂ ਖੁਸ਼ੀ ਦੀ ਇੱਕ ਕਿਰਨ ਜਿਹੜੀ ਦਿਖਾਈ ਦੇ ਦਿੱਤੀ ਹੈ ਕਿਸਾਨਾਂ ਦੇ ਵਿੱਚ, ਕੀ ਲੱਗਦਾ ਹੁਣ ਕਿੰਨਾ ਕੁ ਦਿਨ ਹੋਰ ਦਿਨ ਦੂਰ ਨਹੀਂ ਹੁਣ ਵੀ ਜਿਹੜੇ ਸਫਲਤਾ ਵਾਲੇ ਸਟੇਸ਼ਨ ਹੈ ਉਹ ਗੱਡੀ ਪਹੁੰਚ ਗਈ ਬਸ ਉੱਥੇ? ਸਰ ਜੀ, ਸਭ ਤੋਂ ਪਹਿਲਾਂ ਤਾਂ ਵੀਰੇ ਮੈਂ ਤੁਹਾਡੇ ਚੈਨਲ ਤੋਂ ਬਹੁਤ ਧੰਨਵਾਦ ਕਰਦਾ ਸੁਪਰੀਮ ਕੋਰਟ ਦਾ, ਜਿਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਿਆ ਅਤੇ ਕੱਲ੍ਹ ਦਾ ਫੈਸਲਾ ਸਾਡੇ ਹੱਕ 'ਚ ਅਤੇ ਗੋਦੀ ਜਿੰਨਾ ਵੀ ਸਿਸਟਮ ਹੈ ਉਹਦੇ ਅਗੇਂਸਟ ਦਿੱਤਾ ਜੀ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਅਤੇ ਦੂਜਾ ਸਰ ਤੁਹਾਡਾ ਕੁਐਸਚਨ, ਮੋਦੀ ਜੀ ਹੁਣ ਐਲਾਨ ਕਰ ਦੇਣੇ ਇੱਕ ਘੰਟੇ ਬਾਅਦ ਕਿ ਅਸੀਂ 3 ਕਾਨੂੰਨ ਵਾਪਸ ਲੈਂਦੇ ਹਾਂ। 5 ਘੰਟੇ ਦੇ ਵਿੱਚ ਦਿੱਲੀ ਸਾਫ਼ ਸੁਥਰੀ ਜਿਵੇਂ ਸੀ ਉੱਦਾਂ ਕਰਕੇ ਕਲੀਨ ਕਰਕੇ ਇੱਥੇ ਖਾਲੀ ਕਰਕੇ ਚੱਲ ਜਾਵਾਂਗੇ ਜੀ, ਉਹ ਭਾਵੇਂ ਕੱਲ੍ਹ ਕਰ ਦੇਣ।
ਭਾਵੇਂ ਮਹੀਨੇ ਨੂੰ ਕਰ ਦੇਣ ਭਾਵੇਂ ਸਾਲ ਨੂੰ ਕਰ ਦੇਣ ਸਾਨੂੰ ਫਰਕ ਨਹੀਂ ਪੈਂਦਾ ਜੀ ਅਸੀਂ ਤਿਆਰ ਹਾਂ ਜੀ ਪਰ ਜਾਵਾਂਗੇ ਬਿੱਲ ਵਾਪਸ ਲੈ ਕੇ ਇੱਦਾਂ ਵਾਪਸ ਜਾਣ ਵਾਲੇ ਨਹੀਂ ਹੈਗੇ ਵੀਰ ਜੀ ਸੋ ਦੋਸਤੋ ਤੁਸੀਂ ਦੇਖ ਲਿਆ ਕਿ ਬਹੁਤ ਵੱਡੀ ਲਾਈਨ ਹੈ ਪਰੇ ਤੱਕ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਇੱਕ ਵਾਰ ਘੁਮਾ ਕੇ ਦਿਖਾਉਣ ਦੀ ਕੋਸ਼ਿਸ਼ ਕਰਨ ਬਿਲਕੁਲ ਪਰੇ ਤੱਕ ਜਿਹੜੇ ਮੇਰੇ ਲੋਕ ਨੇ ਮੁੰਡੇ ਨੇ ਨੌਜਵਾਨ ਮੁੰਡੇ ਨੇ ਮੇਰੇ ਤੋਂ ਵੀ ਛੋਟੀ ਉਮਰ ਦੇ ਹੋਣਗੇ ਮੇਰੇ ਤੋਂ ਵੱਡੀ ਉਮਰ ਦੇ ਹੋਣਗੇ ਸਾਰੇ ਇੱਥੇ ਖੜੇ ਨੇ ਵੀਰ ਹੋਣੀ ਸਾਰੇ ਜਿਹੜੇ ਇੱਥੇ ਨੇ ਪੋਸਟਰ ਹੱਥ ਦੇ ਵਿੱਚ ਇੱਕ ਥੌਟ ਲੈ ਕੇ ਇੱਕ ਪੋਸਟਰ ਹੱਥ ਦੇ ਵਿੱਚ ਲੈ ਕੇ ਖੜੇ ਨੇ ਇੱਥੇ ਲਗਾਤਾਰ ਜਿਹੜੇ ਨੇ ਉਹ ਖੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਇਹਨਾਂ ਦਾ ਦਰਦ ਹੈ ਦਰਦ ਸੱਚਾ ਹੈ ਮਾਤਾ ਜੀ ਜਿਹੜੇ ਮੇਰੇ ਪਿੱਛੇ ਖੜੇ ਨੇ ਅੱਖਾਂ ਨਮ ਹੋ ਚੁੱਕੀਆਂ ਸੀ ਕਿਉਂਕਿ ਇੱਕ ਦਰਦ ਲੈ ਕੇ ਇੱਥੇ ਆਏ ਨੇ ਕਿਸਾਨੀ ਦਾ ਉਮੀਦ ਕਰਦੇ ਹਾਂ ਜਲਦ ਤੋਂ ਜਲਦ ਕਿਸਾਨ ਨੂੰ ਸਫਲਤਾ ਮਿਲੇਗੀ ਅਤੇ ਮੁੜ ਤੋਂ ਆਪਣੇ ਖੇਤਾਂ ਦੇ ਵਿੱਚ ਹੱਸਦਾ ਵੱਸਦਾ ਨਜ਼ਰ ਆਊਗਾ।